ਹੁਣ ਆ ਡਿਸਕਾਂ ਜਿਹੜੀਆਂ ਇਹਦੀਆਂ ਛੋਟੀਆਂ ਨੇ। ਨਵੀਆਂ ਡਿਸਕਾਂ ਹੋਣ ਨਾ ਫਿਰ ਚੱਸ ਦੇਣੀ ਸੀ, ਇੰਨਾ ਹੁਣ ਘਸੀਆਂ ਅੱਧੇ ਤਵੇ ਤੇ ਘਸੇ। ਤੇ ਪੈਲੀ ਬਾਉਣੋ ਵੀ ਜਾਓਗੇ ਕੰਜਰੋ। ਇਹਨਾਂ ਕੋਲ ਹੈ ਚਾਰ ਪੰਜ ਖੋਤੇ, ਕੋਈ ਨਹੀਂ ਵੇਚ ਲੈਣਗੇ ਆਪੇ। ਉਮਰ ਤੋਂ ਬਾਅਦ ਕਿਹੜੀ ਗੱਡੀ ਪਈ ਖੇਡੇਗੀ? ਇਸ ਤੋਂ ਬਾਅਦ ਜੀ ਦੂਸਰੇ ਨੰਬਰ ਤੇ ਜਵੇਲ ਸੰਘੇੜਾ, ਜਵੇਲ ਸੰਘੇੜਾ ਜੀ ਰੈਡੀ ਹੋ ਗਏ ਤੁਸੀਂ ਵੀ? ਤੁਸੀਂ ਵੀ ਇਸ ਤੋਂ ਬਾਅਦ ਤੀਸਰੀ ਮਰਜ਼ੀ ਖੋਲੋ ਜੀ, ਖੋਲੋ ਜੀ। ਤੀਸਰੀ ਅਬੂ ਬੱਕਰ ਅੱਜ ਤੀਸਰੀ ਗੱਡੀ ਅਬੂ ਬੱਕਰ ਦੀ ਖੇਡੇਗੀ, ਸਾਡੇ ਆਪਣੇ ਪਿੰਡ ਦੀ ਹੈ ਨਾ, ਖੇਤੀ ਵਾਲਾ ਅਬੂ ਬੱਕਰ ਭਾਜੀ ਕਮੇਟੀ ਦਾ ਚੱਲ ਵੀ ਅਬੂ ਬੱਕਰ ਹੈ, ਉਹ ਛੋਟੇ ਦੁੱਧ ਵੀ ਆਉਣਾ ਭਾਜੀ। ਚੌਥੇ ਨੰਬਰ ਤੇ ਕਾਸਮ ਸੰਘੇੜਾ, ਠੀਕ ਹੋ ਗਿਆ ਭਾਜੀ। ਇਸ ਤੋਂ ਬਾਅਦ ਪੰਜਵੇਂ ਨੰਬਰ ਤੇ ਅਫਜ਼ਲ ਸਿੱਧੂ, ਭਾਈ ਜੀ ਆਹ ਜਿਹੜੇ ਬਾਰੇ ਬੋਲੇ ਗਏ ਨਾ ਇਹ ਪ੍ਰਾਈਵੇਟ ਬਣ ਗਏ ਭਾਈ ਜੀ, ਗੱਡੀਆਂ ਰੈਡੀ ਹੋਣ, ਠੀਕ ਹੋ ਗਿਆ ਜੀ। ਬੈਠਾ ਹੁਣ ਲੋ ਜੀ 480 ਆ ਦੂਸਰਾ ਗੇੜਾ ਆ ਰਿਹਾ ਇਹਦਾ, ਇਹ ਕੀ ਟਾਈਮ ਕਲੋਜ ਕਰਦਾ।
ਲੋ ਜੀ ਦੂਸਰਾ ਟਰੈਕਟਰ ਆ 480। ਦੂਸਰਾ ਗੇੜਾ ਇਹਦਾ ਸ਼ੁਰੂ ਹੋ ਗਿਆ। ਲਓ ਜੀ ਤੀਸਰਾ ਟਰੈਕਟਰ 480 ਸਟਾਰਟ ਕਰ ਦਿੱਤਾ। ਲੋ ਜੀ ਆਹ ਤਾਂ ਹੋ ਗਿਆ ਬੰਦ। ਚਲੋ ਜੀ ਚਲੋ ਜੀ ਸੰਗਤ ਸਾਹਿਬ ਗੱਡੀ ਲੈ ਕੇ ਜਾਓ, ਡਿਸਕਾ ਲਾ ਕੇ ਸੰਗਤ ਸਾਹਿਬ ਆ ਜਾਓ। ਸਿੱਧੂ ਸਾਹਿਬ ਪੂਰੀ ਕਰਾ ਦਿੰਦੇ। ਇਹਦੀ ਕੋਈ ਫੀਸ ਵੀ ਹੈਗੀ ਕਿ ਕੋਈ ਨੀ? ਤੇ ਕਿੰਨੇ ਟਾਈਮ ਦੇ ਵਿੱਚ ਕਲੋਜ਼ ਕਰਨਾ?
ਅੱਛਾ ਇਹ 4x4 ਪਹਿਲੇ ਪਾਇਆ ਜੀ, ਟਰੈਕਟਰ ਜਿਹੜਾ ਮਰਜ਼ੀ ਹੋਵੇ ਅਤੇ ਹਾਂ 480-640 ਬਾਅਦ ਲਓ ਜੀ 4x4 ਇੰਨਾ ਬੁੜਕਦਾ ਨਹੀਂ ਹੈਨਾ ਮੱਥਾ ਬਹੁਤਾ ਹੀ ਹੈਨਾ ਫੁੱਟਦਾ ਨਹੀਂ ਹੱਥ ਨੂੰ ਕਾਫੀ ਟਰੈਕਟਰ ਖੜੇ ਨੇ, ਕੌਣ ਜਿੱਤਦਾ ਮੈਦਾਨ ਅੱਜ? ਇਹ ਜ਼ਿਮੀਦਾਰਾਂ ਨੇ ਮੇਲਾ ਲਾਇਆ, ਕਿਹੜੀ ਗੱਲ ਹੈ ਜੀ?